सत श्री अकाल, तुसी देख रहे हो कल्याण टीवी पंजाब ते मैं हर्षपाल सिंह। अज बठिंडा अंबेदकर पार्क विच बीजेपी वर्करा वल्लों सरूपचंद सिंगला जिला प्रधान की अगवाई विच रोस प्रदर्शन किया गया ते प्रशासन नूं मंग पत्र भी दिता गया। सरूपचंद सिंगला वल्लों मीडिया नाल गलबात करदे होए कहा कि दिल्ली विच जो एक्साइज पॉलिसी बनाई गई सी जिस नूं लैके मनीष सिसोदिया ते मामला दर्ज होया ते उन्हां दी हिरासत विच पुछगिछ भी की जा रही है, उस ही तर्ज ते आम आदमी पार्टी सरकार वालों पंजाब विच भी साइज पॉलिसी लागू की गया जिस दे संबंध विच असी जिला प्रशासन नूं मंग पत्र दे रहे हां तां कि सीबीआई वर्गी एजेंसी तों जांच करवाई जावे। की कहना है बीजेपी आगूआं दा, तुहानूं वी सुणाउने आ। अज दा जिहड़ा साडा धरना प्रदर्शन है उह जो दिल्ली दे विच आम आदमी पार्टी की सरकार ने एक्साइज पॉलिसी लागू की सी, उस पॉलिसी नूं लागू करने वाला आबाकारी मंत्री ते उप मुख्यमंत्री मनीष सिसोदिया जेल दे विच बंद है और उहदे ते हजारां करोड़ रुपया जिहड़ा हैगा सरकार दे पैसे दे गबन दा दोष है और जिहड़ी हैगी आ उहदा रिमांड मिल चुका है और जिन्हां लोकां तों पैसे लए गए है उहनां ने अपने बयान मैजिस्ट्रेट सामने दर्ज करवा दिते है और सारा जिहड़ा घोटाला है उह उजागर हो चुका है। ਉਹੀ ਪਾਲਿਸੀ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਲਾਗੂ ਕੀਤੀ ਹੈ ਔਰ ਜਿਹੜੀ ਪਾਲਿਸੀ ਨੂੰ ਦਿੱਲੀ ਸਰਕਾਰ ਨੇ 7000 ਕਰੋੜ ਰੁਪਏ ਰੈਵਨਿਊ ਹੋਣਾ ਸੀ ਉੱਥੇ 300 ਤੋਂ ਵੀ ਰੈਵਨਿਊ ਖਤਮ ਹੋ ਗਿਆ, ਉਹ ਪਾਲਿਸੀ ਵਾਪਸ ਲੈ ਲਈ ਆ ਉਹਨਾਂ ਨੇ। ਆਪ ਵੀ ਲਾਗੂ ਕਰਨ ਵਾਲੇ, ਆਪ ਵੀ ਕਰੋੜਾਂ ਰੁਪਏ ਨਾਲ ਠੱਗੀ ਕਰਨ ਵਾਲੇ, ਉਸੇ ਪਾਲਿਸੀ ਨੂੰ ਵਾਪਸ ਕਰਕੇ ਉਹਨੂੰ ਮੰਨਿਆ ਗਿਆ ਕਿ ਗਲਤ ਪਾਲਿਸੀ ਹੈ, ਉਹੀ ਪਾਲਿਸੀ ਪੰਜਾਬ ਦੇ ਵਿੱਚ ਲਾਗੂ ਕੀਤੀ ਹੈ। ਭਾਰਤੀ ਜਨਤਾ ਪਾਰਟੀ ਸਾਰੇ ਪੰਜਾਬ ਦੇ ਵਿੱਚ ਅੱਜ ਧਰਨੇ ਪ੍ਰਦਰਸ਼ਨ ਕਰਕੇ ਰਾਜਪਾਲ ਸਾਹਿਬ ਨੂੰ ਇੱਕ ਮੈਮੋਰੈਂਡਮ ਦੇ ਰਹੀ ਹੈ ਤਾਂ ਕਿ ਜਿਹੜੀ ਉਹ ਪਾਲਿਸੀ ਦੀ ਇਨਕੁਆਇਰੀ ਹੋ ਕੇ ਜਿਹੜੀ ਹੈਗੀ ਹੈ ਜਿਹੜਾ ਘੁਟਾਲਾ ਹੋਇਆ ਉਹ ਉਜਾਗਰ ਹੋ ਸਕੇ, ਜਿਹੜਾ ਖੁਰਦ ਬੁਰਦ ਪੈਸਾ ਉਹ ਇਕੱਠਾ ਕਰਕੇ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਇਆ ਜਾਵੇ ਅਤੇ ਜਿਹੜੇ ਦੋਸ਼ੀਆਂ ਨੇ ਇਹ ਕੰਮ ਕੀਤਾ ਉਹਨਾਂ 'ਤੇ ਕਾਰਵਾਈ ਕੀਤੀ। ਭ੍ਰਿਸ਼ਟਾਚਾਰ ਖਤਮ ਕਰਾਂਗੇ, ਇਹਨਾਂ ਦੇ ਮੰਤਰੀ ਵਿਧਾਇਕ ਹੀ ਖੁਦ ਬਸਿਆ ਤੇ ਬਠਿੰਡਾ, ਤੁਸੀਂ ਇਹ ਗੱਲ ਵੇਖ ਸਕਦੇ ਹੋ ਕਿ ਕੱਟੜ ਇਮਾਨਦਾਰ ਸਰਕਾਰ ਹੈ ਜਿਹੜੀ ਨਾਰਾ ਆਇਆ ਸੀ ਉਹ ਕੱਟੜ ਬੇਈਮਾਨ ਸਾਬਤ ਹੋ ਗਈ। ਇਹਨਾਂ ਦੇ ਮੰਤਰੀ ਵੀ ਅੰਦਰ ਹੈ, ਇਹਨਾਂ ਦੇ ਵਿਧਾਇਕ ਵੀ ਅੰਦਰ ਹੈ, ਆ ਬਠਿੰਡੇ ਦਿਹਾਤੀ ਦਾ ਵਿਧਾਇਕ ਅੰਦਰ ਹੈ ਜਿਹਦੇ 'ਤੇ ਲੱਖਾਂ ਰੁਪਇਆ ਰਿਸ਼ਵਤ ਬਰਾਮਦ ਕੀਤੀ ਜਾ ਚੁੱਕੀ ਹੈ ਔਰ ਉਹਦੇ ਨਾਲ ਨਾਲ ਹਰ ਖਜ਼ਾਨੇ ਦੇ ਵਿੱਚ ਹਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਸੇ ਤਰ੍ਹਾਂ ਜਿਹੜਾ ਹੈ ਕਰਪਸ਼ਨ ਦਾ ਵੱਡਾ ਬੋਲਬਾਲਾ ਹੈ। ਇਹ ਕੱਟੜ ਇਮਾਨਦਾਰ ਨਹੀਂ, ਕੱਟੜ ਬੇਈਮਾਨ ਸਰਕਾਰ ਜਿਹੜੀ ਸਾਬਤ ਹੋ ਚੁੱਕੀ। ਫਿਰ ਲੋਕਾਂ ਦੇ ਪ੍ਰੈਸ਼ਰ ਦੇ ਨਾਲ ਜਦੋਂ ਉਹਦੀਆਂ ਵੀਡੀਓ ਵਾਇਰਲ ਹੋਈਆਂ ਤਾਂ ਵੀਡੀਓ ਤੋਂ ਜਿਹੜੀ ਕਰਨਾ ਪਿਆ ਤੇ ਅੱਜ ਉਹ ਮਜਬੂਰੀ ਸੀ ਸਰਕਾਰ ਦੀ ਤੇ ਜਿਹੜੀ ਕਾਰਵਾਈ ਮੈਂ ਕਰਨਾ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਇਹਨਾਂ ਦੀ ਜਿਹੜੀ ਉੱਪਰਲੇ ਲੋਕ ਦੇ ਵਿੱਚ ਮਿਲੇ ਹੋਏ ਆ ਤਾਂਹੀਓ ਜਿਹੜੇ ਆਪਦੇ ਡਰ ਦੇ ਕਾਰਨ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੇ। ਫੌਜਾ ਸਿੰਘ ਸਰਾਰੀ ਸੀਗਾ ਜੀ, ਉਹਨਾਂ ਤੋਂ ਸਿਰਫ ਰਿਜ਼ਾਈਨ ਲਿਆ ਗਿਆ ਤੇ ਜਿਹੜਾ ਮੈਂਬਰਸ਼ਿਪ ਤਾਂ ਉਹ ਵੀ ਚੱਲ ਰਹੀ ਹੈ ਜੀ। ਮੈਂ ਕਹਿੰਦਾ ਕਿ ਉਹ ਸਲਾਰੀ ਸਾਹਿਬ ਨੂੰ ਪਰਚਾ ਦੇ ਕੇ ਅੰਦਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਬੜੀ ਕਲੀਅਰ ਹੈ। ਇਹਨਾਂ ਨੇ ਜੋ ਵਿਜੇ ਸਿੰਘ ਨੂੰ ਅੰਦਰ ਕੀਤਾ ਸੀ ਤਾਂ ਇਕੱਲੀ ਟੇਪ ਤੇ ਕੀਤਾ ਸੀ, ਇਕੱਲੀ ਆਵਾਜ਼ ਤੇ ਕੀਤਾ ਸੀ ਤੇ ਸਲਾਰੀ ਦੀ ਤਾਂ ਪੂਰੇ ਦਲਾਂ ਨਾਲ ਵੀ ਗੱਲ ਹੋ ਚੁੱਕੀ ਹੈ, ਇਹਨੂੰ ਨਾਲ ਦੀ ਨਾਲ ਪਰਚਾ ਦੇਣਾ ਚਾਹੀਦਾ ਸੀਗਾ। ਪਰ ਸਾਨੂੰ ਪਤਾ ਨਹੀਂ ਕਿਉਂ ਇਹ ਲੋਕ ਕਾਰਵਾਈ ਤੋਂ ਡਰਦੇ ਆ, ਸ਼ਾਇਦ ਉੱਪਰ ਤੱਕ ਦੇ ਮਤਲਬ ਜਿਹੜਾ ਹੈਗਾ ਉਹ ਤਾਰ ਜੁੜੇ ਹੋਏ। ਮੈਂ ਦਿਆਲ ਸੋਢੀ, ਸੂਬਾ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ। ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਡੇ ਮਾਣਯੋਗ ਸੂਬੇ ਦੇ ਪ੍ਰਧਾਨ ਸ਼੍ਰੀਮਾਨ ਅਸ਼ਵਨੀ ਸ਼ਰਮਾ ਜੀ ਵੱਲੋਂ ਜੋ ਨਿਰਦੇਸ਼ ਦਿੱਤੇ ਨੇ ਕਿ ਜੋ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਦਿੱਲੀ ਦੇ ਨਾਲ ਦੀ ਐਕਸਾਈਜ਼ ਪਾਲਿਸੀ ਲਾਗੂ ਕੀਤੀ ਹੈ ਔਰ ਦਿੱਲੀ ਦੇ ਵਿੱਚ ਇਹਨਾਂ ਦੇ ਡਿਪਟੀ ਮੁੱਖ ਮੰਤਰੀ ਉਸ ਐਕਸਾਈਜ਼ ਪਾਲਿਸੀ ਦੇ ਅਧੀਨ ਅੱਜ ਸੀਬੀਆਈ ਦੇ ਰਿਮਾਂਡ ਤੇ ਨੇ। ਜੇ ਉੱਥੇ ਘਪਲਾ ਹੋਇਆ ਤੇ ਉੱਥੇ ਜਿਸ ਤਰ੍ਹਾਂ ਦਾ ਠੇਕੇਦਾਰਾਂ ਨੂੰ ਲਾਭ ਦਿੱਤਾ ਗਿਆ ਤੇ ਉਹੀ ਪਾਲਿਸੀ ਦੇ ਨਾਲ ਇੱਥੇ ਵੀ ਉਹੀ ਚੀਜ਼ ਲਾਗੂ ਹੁੰਦੀ ਹੈ। ਅਸੀਂ ਇਹ ਜਿਹੜੀ ਭ੍ਰਿਸ਼ਟਾਚਾਰ ਸਰਕਾਰ ਹੈ ਜਿਹੜੀ ਆਪਣੇ ਆਪ ਨੂੰ ਕਹਿੰਦੀ ਸੀ ਕਿ ਅਸੀਂ ਜ਼ੀਰੋ ਟੋਲਰੈਂਸ ਸਾਡਾ ਜਿਹੜਾ ਹੈਗਾ ਗਾ ਭ੍ਰਿਸ਼ਟਾਚਾਰ ਜਿਹੜੀ ਹੈਗੀ ਸਰਕਾਰ ਰਹੂਗੀ, ਅਸੀਂ ਅੱਜ ਇਹ ਮੰਗ ਕਰ ਰਹੇ ਹਾਂ ਕਿ ਇੱਥੇ ਪੰਜਾਬ ਦੇ ਵਿੱਚ ਵੀ ਇਹਦੀ ਸੀਬੀਆਈ ਤੋਂ ਈਡੀ ਤੋਂ ਪੂਰੀ ਜਾਂਚ ਕਰਾਈ ਜਾਵੇ ਤਾਂ ਕਿ ਜੋ ਘਪਲਾ ਦਿੱਲੀ ਸਾਹਮਣੇ ਆਇਆ ਉਹੀ ਘਪਲਾ ਪੰਜਾਬ ਦੇ ਵਿੱਚ ਵੀ ਆਊਗਾ
ते जेड़े इत्थे दोषी अफसर ने जां मिनिस्टर ने जां कोई एमएलए ने वो भी इहदे विच जिहड़े हैगे आ इनकुआरी च आके उन्हां ते भी कार्रवाई होनी चाहीदी है।